ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ, ਕਰੰਟ ਇਸ਼ੂ ਲਈ ਚੱਲਦੇ ਹਾਂ ਮੋਹਾਲੀ। ਦੋਸਤੋ, ਬੜੀ ਸ਼ਰਮਸਾਰ ਕਰਨ ਵਾਲੀ ਖਬਰ ਹੈ ਕਿ ਇੱਕ ਆਫੀਸਰ ਜਿਸ ਦਾ ਮਤਲਬ ਕਹਿ ਸਕਦੇ ਹਾਂ ਕਿ ਹਰ ਮਹੀਨੇ ਦੀ ਜੇ ਆਪਾਂ ਤਨਖਾਹ ਲਈਏ ਤਾਂ ਆਪਾਂ ਉਨੀ ਸੋਚ ਵੀ ਨਹੀਂ ਸਕਦੇ ਜਿੰਨੀ ਇਹਨਾਂ ਲੋਕਾਂ ਦੀ ਤਨਖਾਹ ਆ। ਫਿਰ ਵੀ ਵਿਜੀਲੈਂਸ ਵਿਭਾਗ ਵੱਲੋਂ ਬਹੁਤ ਹੀ ਵੱਡੀ ਕਾਮਯਾਬੀ ਹੈ ਕਿ ਇੱਕ DSP ਦਾ ਰੀਡਰ ਹੈ 20,000 ਰੁਪਈਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਰੰਗੇ ਹੱਥੀਂ ਪਕੜਿਆ ਗਿਆ। ਔਰ DSP ਸਾਹਿਬ ਖੜੜ ਦੇ DSP ਸਾਹਿਬ ਮਤਲਬ ਮੋਟਰਸਾਈਕਲ ਦੇ ਉੱਪਰ ਬੈਠ ਕੇ ਹੋ ਗਏ ਫਰਾਰ। ਅਸਲ ਵਿੱਚ ਪੂਰਾ ਮਾਮਲਾ ਹੈ ਕੀ ਹੈ, ਚੱਲਦੇ ਹਾਂ ਜੀ ਮੋਹਾਲੀ, ਜਿੱਥੋਂ ਮੇਰੇ ਨਾਲ ਜਤਿੰਦਰ ਸਬਰਵਾਲ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ ਕਿ ਆਖਿਰ ਇਹ ਪੂਰਾ ਮਾਮਲਾ ਹੈ ਕੀ ਆ। ਸਬਰਵਾਲ ਸਾਹਿਬ, ਇਹ ਪੂਰੀ ਖਬਰ ਹੈ ਕੀ ਹੈ? ਦੇਖੋ ਸਵਤੰਤਰ ਸਾਹਿਬ, ਆਪਣਾ ਮੋਹਾਲੀ ਦੇ ਅਧੀਨ ਪੈਂਦੀ ਆ ਸਬ ਡਿਵੀਜ਼ਨ ਖਰੜ ਜੀ, ਉੱਥੇ ਦੇ DSP ਦੇ ਰੀਡਰ ਦੇ ਉੱਤੇ ਕੋਈ ਰੋਕ ਆ ਕਿ ਉਹਨਾਂ ਨੇ ਕਿਸੇ ਕੋਲੋਂ ਰਿਸ਼ਵਤ ਮੰਗੀ ਆ 1,00,000 ਰੁਪਏ ਦੀ ਜੀ, ਤਾਂ ਹੋਇਆ 20,000 ਦਾ। ਔਰ ਵਿਜੀਲੈਂਸ ਨੂੰ ਸੂਚਨਾ ਦੇਣ ਦੇ ਬਾਅਦ ਵਿਜੀਲੈਂਸ ਨੇ ਰੰਗੇ ਹੱਥੀ ਰਿਸ਼ਵਤ ਦੀ ਘਰ ਦੀ ਪਹਿਲੀ ਕਿਸ਼ਤ ਲੈਂਦੇ DSP ਖਰੜ ਦੇ ਸਬ ਰੀਡਰ ਅਮਰਿੰਦਰ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਰਿਹਾ। ਸੁੱਤ ਸਾਹਿਬ, ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਰਿਸ਼ਵਤ ਆ, ਇਹ ਕੋਈ ਅਮਰਜੀਤ ਸਿੰਘ ਨਾਮਕ ਵਿਅਕਤੀ ਹੈ ਬਠਿੰਡੇ ਦੇ, ਉਹਨਾਂ ਦਾ ਕੋਈ ਆਪਸੀ ਜ਼ਮੀਨੀ ਵਿਵਾਦ ਸੀਗਾ, ਉਸਦੀ ਕੋਈ ਦਰਖਾਸਤ ਚੱਲਦੀ ਪਈ ਸੀਗੀ, ਉਸ ਦਾ ਸਮਝੌਤਾ ਕਰਾਉਣ ਲਈ, ਦੋ ਪਾਰਟੀਆਂ ਦਾ ਸਮਝੌਤਾ ਕਰਾਉਣ ਲਈ, ਕਾਰਵਾਈ ਕਰਨ ਲਈ ਨੀ, ਸਮਝੌਤਾ ਕਰਾਉਣ ਲਈ, ਵਿਚੋਲ ਜੀ ਵਿਚੋਲਗਰੀ ਦੀ ਭੂਮਿਕਾ ਨਿਭਾਉਣ ਲਈ ਉਸਨੇ DSP ਦੇ ਰੀਡਰ ਅਮਰਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਕੋਲੋਂ 1,00,000 ਰੁਪਏ ਦੀ ਮੰਗ ਕੀਤੀ। ਸੌਦਾ ਹੋਇਆ 20,000 ਚ, ਜਿਹੜੀ ਕਿਸ਼ਤ ਜਿਹੜੀ ਦੇਣ ਦੀ ਗੱਲ ਹੋਈ, ਔਰ ਅਮਰਜੀਤ ਸਿੰਘ ਨੇ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਸ਼ਿਕਾਇਤ ਦਿੱਤੀ। ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇੱਕ ਟਰੈਪ ਲਗਾਇਆ ਔਰ DSP ਦੇ ਖਰੜ ਦੇ ਰੀਡਰ ਅਮਰਿੰਦਰ ਸਿੰਘ, ਜੋ ਕਿ ਹੈੱਡ ਕਾਂਸਟੇਬਲ ਆ, ਉਸ ਨੂੰ ਰਿਸ਼ਵਤ ਲੈਂਦੇ ਹੋਏ 20,000 ਦੀ ਰਾਸ਼ੀ ਨਾਲ ਰੰਗੇ ਹੱਥੀ ਗ੍ਰਿਫਤਾਰ ਕਰ ਰਿਹਾ। ਸੋ ਸਰ, ਸਾਨੂੰ ਇਹ ਵੀ ਸੂਚਨਾ ਮਿਲੀ ਆ ਕਿ ਜਦੋਂ DSP ਖਰੜ ਦੇ ਦਫ਼ਤਰ ਚ ਜਦੋਂ ਰੇਡ ਪਈ ਆ ਔਰ ਜਦੋਂ ਰੇਡਰ ਨੂੰ ਅਰੈਸਟ ਕੀਤਾ ਜੀ, ਤਾਂ DSP ਖਰੜ, ਅਸੀਂ ਤਸਦੀਕ ਨਹੀਂ ਕਰਦੇ, ਜੋ ਸਾਨੂੰ ਸੂਤਰ ਦੱਸਦੇ ਨੇ, ਆਪਣੇ ਆਫਿਸ ਦੇ ਪਿਛਲੇ ਦਰਵਾਜੇ ਤੋਂ ਮੋਟਰਸਾਈਕਲ ਤੇ ਬਹਿ ਕੇ ਮੌਕੇ ਤੋਂ ਫਰਾਰ ਹੋ ਗਏ, ਜੋ ਕਿ ਸਾਨੂੰ ਸੂਚਨਾ ਮਿਲਦੀ ਆ, ਔਰ ਉਹਨਾਂ ਦੀ ਗਨਮੈਨ ਔਰ ਗੱਡੀ ਉੱਥੇ ਰਹਿ ਗਈ। ਇਸੇ ਦੌਰਾਨ ਅੱਜ ਜਿਹੜੇ ਰੀਡਰ ਆ, DSP ਦੇ ਰੀਡਰ ਅਮਰਿੰਦਰ ਸਿੰਘ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਡਿਊਟੀ ਮੈਜਿਸਟ੍ਰੇਟ ਦੇ, ਔਰ ਜਿੱਥੇ ਉਹਨਾਂ ਨੂੰ 1 ਦਿਨ ਦੇ ਰਿਮਾਂਡ ਤੇ ਭੇਜਤਾ। ਸੋ ਤਦਾ ਹੁਣ ਇਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਊਗਾ ਕਿ ਜਿਹੜੀ ਇਹ DSP ਖਰੜ ਦੇ ਰੀਡਰ ਅਮਰਿੰਦਰ ਸਿੰਘ, ਜਿਸਨੇ ਰਾਸ਼ੀ ਦੀ ਮੰਗ ਕੀਤੀ ਸੀਗੀ, ਇਹ ਜਿਹੜੀ ਰਾਸ਼ੀ ਆ ਉਹ ਆਪਣੇ ਲਈ ਮੰਗ ਰਿਹਾ ਸੀ ਕਿ ਜਾਂ ਕਿ ਕਿਸੇ ਉੱਚ ਅਧਿਕਾਰੀ ਨੂੰ ਦੇਣਾ ਸੀਗਾ, ਇਹ ਜਾਂਚ ਦਾ ਵਿਸ਼ਾ ਵਾ। ਹੁਣ ਰਿਮਾਂਡ ਦੇ ਦੌਰਾਨ ਇਹ ਪਤਾ ਕੀਤਾ ਜਾਏਗਾ ਕਿ ਇਹ ਪੈਸੇ ਜਿਹੜੇ ਆ ਉਸਨੇ ਕਿਹਦੇ ਕਹਿਣ ਤੇ ਮੰਗੇ, ਕੀ ਇਹਦੇ ਪਿੱਛੇ ਚੋਰ ਮੋਲ ਸੀਗੀ ਜਾਂ ਇਹਦੇ ਪਿੱਛੇ ਕੀ ਹੈਗਾ, ਇਹ ਤੇ ਜਾਂਚ ਦਾ ਵਿਸ਼ਾ ਵਾ। ਪਰ ਇੱਕ ਪੁਲਿਸ ਅਧਿਕਾਰੀ ਵੱਲੋਂ ਜਿਹਦੀ ਇੰਨੀ ਤਨਖਾਹ ਹੁੰਦੇ ਹੋਏ ਵੀ 1,00,000 ਰੁਪਏ ਦੀ ਰਿਸ਼ਵਤ, ਉਹ ਵੀ ਕਿਸੇ ਕੋਲ ਸਮਝੌਤਾ ਕਰਾਉਣ ਦੀ, ਕਿਸੇ ਨੇ ਕੋਈ ਜ਼ੁਲਮ ਨਹੀਂ ਕੀਤਾ ਜਾਂ ਕਿਸੇ ਨੇ ਕੋਈ ਕ੍ਰਾਈਮ ਨਹੀਂ ਕੀਤਾ, ਉਹ ਇੱਕ ਆਪਣੇ ਆਪ 'ਚ ਬੜਾ ਜਾਂਚ ਦਾ ਵਿਚਾਰ ਔਰ ਸ਼ਰਮਸ਼ਾਰ ਕਰਨ ਵਾਲੀ ਗੱਲ ਹੈਗੀ ਹੈ ਜੀ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ। ਈਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਈਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।